ਅਸਲਾਮ ਅਲੈਕਮ ਸ਼ਬਾਜ, ਆਪਣੀ ਤਸਵੀਰ ਜਿਹੜੀ ਲਾਣੀ ਹੈ ਉਹ ਇੱਕ ਤਾਂ ਯੂਨੀਫਾਰਮ ਤੋਂ ਬਗੈਰ ਅਤੇ ਦੂਸਰੀ ਘੋੜਿਆਂ ਤੋਂ ਬਗੈਰ। ਉਹ ਜੀ ਤਸਵੀਰ ਭੇਜ, ਯੂਨੀਫਾਰਮ ਤੋਂ ਇਲਾਵਾ ਭੇਜ ਕੋਈ ਤਸਵੀਰ। ਚਾਚੀ ਹੋਣਾਂ ਦੀ ਤਸਵੀਰ ਦੇ ਨਾਲ ਲਿਖਣਾ ਜ਼ੇਰੇ ਸਰਪ੍ਰਸਤੀ ਮਿਰਜ਼ਾ ਇਕਬਾਲ ਬੇਗ, ਬਾਕੀ ਸਪੋਰਟਰਾਂ ਥੱਲੇ ਸਾਰੇ ਜਿੰਨੇ ਜਿੰਨੇ ਵੀ ਮੁੰਡੇ ਆਏ ਨੇ ਉਹ ਸਾਰੇ ਨਾਂ ਦੇ ਤਸਵੀਰਾਂ ਦੇ ਉੱਤੇ ਨਾਂ ਲਿਖ ਕੇ ਲਾ ਦੇਣੇ ਨੇ, ਸਹੀ ਹੈ ਨਾ? ਅਤੇ ਉੱਤੇ ਗਰੁੱਪ ਦਾ ਨਾਂ ਲਿਖ ਦੇਣਾ ਕਿ ਦੀ ਯੰਗ ਫਾਊਂਡੇਸ਼ਨ ਏਰੀਆ ਮੁਗਲਾਂ, ਸਹੀ ਹੈ? ਸਭ ਤੋਂ ਉੱਤੇ ਇਲਾਮਾ ਇਕਬਾਲ ਦਾ ਸ਼ੇਰ, ਠੀਕ ਹੈ? ਬਿਲਕੁਲ ਸਹੀ ਆਜ਼ਾਦ ਭਾਈ, ਬਿਲਕੁਲ ਠੀਕ ਹੈ, ਤੁਹਾਡੀ ਗੱਲ ਮੈਨੂੰ ਪਸੰਦ ਆਈ ਹੈ, ਬਿਲਕੁਲ ਠੀਕ ਹੈ। ਅਸਲੀ ਉੱਤੇ ਇੱਕ ਸ਼ੇਅਰ ਲੈ ਕੇ ਥੱਲੇ ਤਨਜ਼ੀਮ ਦਾ ਨਾਂ, ਥੱਲੇ ਚਾਚੂ ਇਕਬਾਲ ਦੀ ਤਸਵੀਰ ਅਤੇ ਬਾਕੀ ਸਾਰਿਆਂ ਦੀ ਤਸਵੀਰਾਂ ਜਿੰਨੇ ਵੀ ਮੁੰਡੇ ਐਡ ਨੇ ਉਹਨਾਂ ਦੀਆਂ ਤਸਵੀਰ ਲਗਾ ਕੇ, ਅਤੇ ਜ਼ਿਆਦਾ ਵੱਡੀ ਵੀ ਨਾ ਹੋਏ ਫਲੈਕਸ ਅਤੇ ਬਹੁਤੀ ਛੋਟੀ ਵੀ ਨਾ ਹੋਏ, ਠੀਕ ਹੈ ਨਾ? ਸਹੀ ਗੱਲ ਹੈ, ਬਸ ਅੱਡੀ ਵੱਡੀ ਵੀ ਨਾ ਹੋਵੇ, ਅੱਡੀ ਛੋਟੀ ਵੀ ਨਾ ਹੋਵੇ, ਬਸ ਸਹੀ ਹੈ, ਕੁਰਬਾਨੀ ਹੋਏ ਪੈਸੇ ਜੋ ਕਰਦੇ ਪਏ ਸਹੀ। ਨਾ ਵੱਡਾ ਜਿਹਾ ਲੈ ਕੇ ਨਾ ਸ਼ੇਅਰ ਜਿਹਾ ਕੋਈ ਚੰਗਾ ਜਿਹਾ ਅਤੇ ਲਾ ਦਿਓ, ਕਿ ਇਹਨੂੰ ਪਤਾ ਲੱਗੇ ਵਾ ਕਿ ਪਿੰਡ 'ਚ ਮੁੰਡੇ ਉੱਠੇ ਨੇ। ਨਹੀਂ, ਬਹੁਤੀ ਵੱਡੀ ਵੀ ਨਹੀਂ ਹੋਏਗੀ, ਬਹੁਤੀ ਛੋਟੀ ਵੀ ਨਹੀਂ ਹੋਏਗੀ, ਤਕਰੀਬਨ 5 ਫੁੱਟ ਲੰਬੀ ਹੋਏਗੀ ਅਤੇ ਕੋਈ 3 ਕੁ ਫੁੱਟ ਚੌੜੀ ਕਰ ਲਾਂਗੇ। ਐਡੀ ਐਡੀਆਂ ਬਹੁਤ ਨੇ, ਸਹੀ ਮਤਲਬ ਕਾਫ ਫਿੱਟ ਹੋਣਗੀਆਂ, 4 ਫੁੱਟ ਚੌੜੀ ਅਤੇ 4 ਫੁੱਟ ਹੀ ਲੰਬੀ, ਇੰਨੀ ਕੁ ਕਰ ਲਾਂਗੇ, 4-5 ਫੁੱਟ ਸਹੀ ਹੈ। ਤੁਸੀਂ ਕੋਈ ਸਾਈਜ਼ ਦਾ ਛੱਡੋ, ਕਿੰਨਾ ਕੁ ਸਾਈਜ਼ ਹੋਣਾ, ਜੇ ਲੰਬਾਈ ਇੰਨੀ ਹੋਈ ਚੌੜਾਈ ਇੰਨੀ ਹੋਈ ਉਸ ਹਿਸਾਬ ਨਾਲ ਫਿਰ 8-10 ਬਣਵਾ ਲੈਂਦੇ ਹਾਂ। ਆਜ਼ਾਦ ਭਾਈ, ਮੇਰੀ ਸ਼ਾਨ ਨੂੰ ਕਹਿਣਾ, ਮੇਰੀ ਇਹ ਵਾਲੀ ਤਸਵੀਰ ਜਿਹੜੀ ਹੁਣ ਮੈਂ ਸੈਂਡ ਕੀਤੀਆਂ ਨੇ ਇਹ ਵਾਲੀ ਲਾਇਓ, ਕਿਉਂਕਿ ਸਾਰੇ ਮੁੰਡੇ ਸੋਹਣੀਆਂ ਸੋਹਣੀਆਂ ਭੇਜ ਦੇ ਪੈਣ ਦੇ, ਚਲੋ ਸਾਡੀ ਵੀ ਡਲਦੀ ਮਿਲਦੀ ਹੈ ਐਡੀ। ਨਹੀਂ, ਬਹੁਤੀ ਵੱਡੀ ਵੀ ਨਹੀਂ ਹੈ। ਆਜ਼ਾਦ ਭਾਈ, ਮੇਰੀ ਸ਼ਾਨ ਨੂੰ ਕਹਿਣਾ, ਮੇਰੀ ਇਹ ਵਾਲੀ ਤਸਵੀਰ ਜਿਹੜੀ ਹੁਣ ਮੈਂ ਸੈਂਡ ਕੀਤੀਆਂ ਨੇ ਇਹ ਵਾਲੀ ਲਾਇਓ, ਕਿਉਂਕਿ ਸਾਰੇ ਮੁੰਡੇ ਸੋਹਣੀਆਂ ਸੋਹਣੀਆਂ ਭੇਜ ਦੇ ਪੈਣ ਦੇ, ਚਲੋ ਸਾਡੀ ਵੀ ਡਲਦੀ ਮਿਲਦੀ ਹੈ ਐਡੀ ਸੋਹਣੀ, ਨਹੀਂ ਚਲੋ ਡਲਦੀ ਮਿਲਦੀ ਤਾਂ ਆਈ ਜਾਣ। ਮਾਨਿਆ ਘੱਟ ਮੈਸੇਜ ਕਰਿਆ ਕਰ। ਹਾਂ, ਹੋਰ ਸੁਣਾ, ਠੀਕ ਠਾਕ ਹੈ? ਚਲੋ ਠੀਕ ਹੈ ਜਨਾਬ, ਜਿਸ ਤਰ੍ਹਾਂ ਮਰਜ਼ੀ ਉਸ ਤਰ੍ਹਾਂ ਕਰੋ, ਠੀਕ ਹੈ ਨਾ ਜਨਾਬ? ਅਸੀਂ ਤਾਂ ਰਾਜ਼ੀ ਹਾਂ, ਜਿਸ ਤਰ੍ਹਾਂ ਵੀ ਕਰੋ ਅਸੀਂ ਰਾਜ਼ੀ ਹਾਂ। ਠੀਕ ਹੈ ਚਾਚੂ ਗੋਪਾਲ ਸਾਹਿਬ, ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ ਤੁਹਾਡੀ। ਅਸਲਾਮ ਅਲੈਕੁਮ ਸਾਰੇ ਦੋਸਤਾਂ ਭਰਾਵਾਂ ਨੂੰ ਬਾਈ। ਠੀਕ ਹੈ ਚਾਚੂ ਗੋਪਾਲ ਸਾਹਿਬ, ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਤਸਵੀਰ ਸਾਡੀ ਸਲੈਕਟ ਕੀਤੀ ਹੈ, ਇਨਸ਼ਾ ਅੱਲਾਹ ਅਸੀਂ ਨਾਲ ਹਾਂ ਤੁਹਾਡੇ, ਬਹੁਤ ਬਹੁਤ ਸ਼ੁਕਰੀਆ ਜਨਾਬ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਬੱਚਾ ਜੀ, ਇੱਧਰ ਗੱਲ ਗੁੱਲ ਕੋਈ ਨਹੀਂ, ਗੱਲ ਨਹੀਂ ਹੈ, ਜਿਹੜੀ ਵੀ ਗੱਲ ਕਰਨੀ ਹੈ ਦੂਸਰੇ ਗਰੁੱਪ 'ਚ ਆਓ, ਅਤੇ ਜੇ ਅਗਰ ਇੱਥੇ ਗੱਲ ਕਰਨੀ ਆ ਤਾਂ ਫਿਰ ਤੁਸੀਂ ਇਸੇ ਬਾਰੇ ਗੱਲ ਕਰ ਸਕਦੇ ਹੋ, ਇਹ ਪਿੰਡ ਦੇ ਬਾਰੇ 'ਚ। ਅਸਲਾਮ ਅਲੈਕੁਮ। ਹਾਂ ਜ਼ਾਹਿਦ ਰਹਿਮਾਨ, ਤੁਹਾਡੀ ਗੱਲਬਾਤ ਸੁਣ ਰਿਹਾ, ਲੇਕਿਨ ਤੁਸੀਂ ਥੋੜ੍ਹਾ ਜਿਹਾ ਜਲਦੀ ਨਾ ਕਰਿਓ, ਪਹਿਲੇ ਤਸਵੀਰਾਂ ਸਾਰਿਆਂ ਜਦੋਂ ਆ ਜਾਣਗੇ ਫਿਰ ਤੁਹਾਨੂੰ ਮੈਂ ਦੱਸਾਂਗਾ। ਕੁਝ ਸਦਰ ਸੈਕਟਰੀ ਦਾ ਵੀ ਨਾਮ ਲਿਖਣਾ ਅਤੇ ਕਿੱਦਾਂ ਕਿੱਦਾਂ ਲਿਖਣਾ, ਉਸ ਲਿਹਾਜ਼ ਨਾਲ ਵੀ ਮਸ਼ਵਰਾ ਕਰਕੇ ਫੇਰ ਕਰਾਂਗਾ, ਜੇ ਫੌਰੀ ਤੌਰ 'ਤੇ ਬਣਾ ਨਾ ਦਿਓ। ਠੀਕ ਹੈ ਚਾਚੂ ਜੀ, ਜਿਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਹੋਏਗਾ ਇਨਸ਼ਾ ਅੱਲਾਹ। ਅਤੇ ਮਾਨਾ ਭਾਈ, ਰਹਿਮਾਨ ਭਾਈ, ਜ਼ਾਹਿਦ ਭਾਈ, ਸ਼ਾਨ ਭਾਈ, ਸਾਰੇ ਸੁਣ ਰਹੇ ਹੋ ਤੁਸੀਂ, ਜੋ ਵੀ ਜੱਜ ਕਹਾਂਗੇ ਉਸ ਤਰ੍ਹਾਂ ਹੀ ਲਿਖਿਓ ਅਤੇ ਉਸ ਤਰ੍ਹਾਂ ਹੀ ਕਰਿਓ, ਠੀਕ ਹੈ ਨਾ? ਹਾਂਜੀ ਠੀਕ ਹੈ ਚਾਚੂ ਜੀ, ਜਿਸ ਤਰ੍ਹਾਂ ਤੁਸੀਂ ਕਹੋ ਬੰਦੇ ਸਲੈਕਟ ਕਰ ਲਓ, ਆਹ ਵਧਾਏਗਾ ਨਾ ਪਿੰਡ, ਫਿਰ ਉਹਦੇ ਨਾਲ ਬਹਿ ਕੇ ਕਰਕੇ ਗੱਲਬਾਤ ਕਰਕੇ ਦੱਸ ਦਿਓ ਸਾਨੂੰ, ਜਿਸ ਤਰ੍ਹਾਂ ਕਹੋਗੇ, ਜੋ ਵੀ ਕਹੋਗੇ, ਜਿਸ ਤਰ੍ਹਾਂ ਜਿਹਦਾ ਜਿਹਦਾ ਨਾਂ ਲਿਖਣਾ ਹੈਗਾ ਉਹਨੂੰ ਕਹੀ, ਇਸ ਤਰ੍ਹਾਂ ਪੇਜ ਬਣਾ ਕੇ ਅਤੇ ਲਿਖ ਕੇ ਸਾਨੂੰ ਸੈਂਡ ਕਰ ਦੇ, ਫਿਰ ਅਸੀਂ ਇੱਥੋਂ ਬਣਵਾ ਕੇ ਨਾ ਪੈਨਲ 'ਚ ਤੂੰ ਭੇਜ ਦਿਆਂਗੇ। ਯਾਰ ਬੋਲ ਕੇ ਵੀ ਮੈਸੇਜ ਕਰ ਸਕੋ, ਕੋਈ ਮੈਨੂੰ ਵੀ ਪਤਾ ਲੱਗਿਆ ਕੀ ਲੱਗੇ, ਆਪਣੀ ਫਾਰਿਸ਼ ਮਾਰੀ ਜਾਂਦੇ ਪਏ ਸਾਰੇ ਦੇ, ਬੋਲ ਕੇ ਮੈਸੇਜ ਕਰਦੇ ਪਰੇ, ਹੋਰ ਤੈਨੂੰ ਕੀ ਵੱਖਰੀ, ਕੋਈ ਬੋਲ ਕੇ ਆਈ, ਕੋਈ ਹਿੰਦੀ 'ਚ ਗੱਲ ਕਰਨੇ ਪਏ ਤੈਨੂੰ ਸਮਝ ਨਹੀਂ ਆ ਰਹੀ, ਤੇਰੇ ਵਾਸਤੇ ਕੋਈ ਲੈਦਾ ਫਿਰ ਕੋਈ ਜ਼ਬਾਨ ਬੋਲਣੇ ਜਿਹੜੀ ਤੈਨੂੰ ਸਮਝ ਆ ਜਾਵੇ, ਸਾਰੇ ਤੇ ਬੋਲ ਕੇ ਦਿਲ ਕਰਦੇ ਪਏ ਨੇ ਮੈਸੇਜ, ਹੋਰ ਕੀ ਕਰਦੇ ਪਏ ਨੇ। ਵੈਸੇ ਆਜ਼ਾਦ ਭਾਈ, ਜਿਹੜਾ ਆਉਂਦਾ ਨਾ ਗਰੁੱਪ ਵਿੱਚ ਤਾਂ ਹੀ ਮੈਂ ਕਹਿੰਦਾ ਵੀ ਕੋਈ ਜ਼ਿਆਦਾ ਨਾ ਐਡ, ਜਿਹੜਾ ਆਉਂਦਾ ਉਹ ਆਪਣੀ ਵਰਾਇਟੀ ਮਾਰ ਕੇ ਦੱਸਦਾ ਸਾਨੂੰ, ਜਿਹੜਾ ਆਉਂਦਾ ਆਪਣੀ ਵਰਾਇਟੀ ਮਾਰਦਾ। ਉਹ ਬਾਸ ਨੇ ਵੀ ਦੁਪਹਿਰੀ ਮੈਸੇਜ ਕੀਤਾ ਸੀ, ਉਹਨੇ ਵੀ ਨਹੀਂ ਸਹੀ ਕੀਤਾ ਮੈਸੇਜ। ਚਲੋ ਆਉਂਦੋ, ਜਿਹੜਾ ਆਉਂਦਾ ਆਪਣੀ ਮਰਜ਼ੀ ਨਾਲ ਆ ਰਹੇ ਨੇ ਨਾ, ਆਉਂਦੋ ਕਰਨ ਦੋ, ਜੋ ਕੁਛ ਕਰਦੇ ਨੇ ਕਰਨ ਦੋ, ਸਾਡਾ ਜਿਹੜਾ ਮਿਸ਼ਨ ਆ ਹੀ ਤਾਂ ਆਪਣਾ ਮਿਸ਼ਨ ਨੂੰ ਪੂਰਾ ਕਰਨਾ, ਬਾਕੀ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਗੱਲ ਕਰੇ,
ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸਲਾਮ ਵਾਲੇਕੁਮ ਜਨਾਬ, ਸੋਰੀ ਜਨਾਬ, ਦਰਅਸਲ ਸਾਡਾ ਵਾਈਫਾਈ ਚਲਾ ਗਿਆ ਸੀ ਅਤੇ ਉਹ ਨਹੀਂ ਆ ਰਿਹਾ, ਅਤੇ ਹੁਣ ਮੈਂ ਫਿਰ ਮੈਂ ਨੈੱਟ ਪੈਕ ਲਾ ਕੇ ਗੱਲ ਕਰ ਲਈਏ ਯਾਰ, ਸੋਰੀ ਜਨਾਬ ਮੈਂ ਲੇਟ ਹੋ ਗਿਆ ਗਰੁੱਪ ਵਿੱਚੋਂ ਮਾਦਰਾ ਚੰਦ। ਅੱਬਾ ਸਾਹਿਬ ਜਿਹੜਾ ਦੂਸਰੀ ਸਾਈਡ 'ਤੇ ਉਹਨੂੰ ਤੁਹਾਨੂੰ ਵੀ ਸਮਝਾਈ ਕੁਛ? ਕੋਈ ਗੱਲ ਨਹੀਂ ਮਿਰਜ਼ਾ ਸਾਹਿਬ, ਲੇਟ ਤੁਸੀਂ ਕਾਹਦੇ ਨਾਲ ਹੋ ਗਏ ਨਾ, ਤੁਸੀਂ ਇੱਕ ਮਿੰਟ ਵੀ ਨਹੀਂ ਲੇਟ ਹੋ ਸਕਦੇ, ਸਾਰੀ ਦੁਨੀਆ ਪਿੱਛੇ ਤੁਸੀਂ ਸਭ ਤੋਂ ਅੱਗੇ ਆ ਮਿਰਜ਼ਾ ਸਾਹਿਬ। ਅੱਬਰ ਸਾਹਿਬ ਅੱਜ ਕੱਲ੍ਹ ਇਹਦੇ ਪੈਕ ਹੀ ਨਹੀਂ ਮੁੱਕਦੇ, ਤੁਹਾਡੀ ਵਾਈਫਾਈ ਕਿਵੇਂ ਤੁਰ ਗਈ ਹੈ ਜਨਾਬ? ਜੇ ਆਸ਼ਕਾਂ ਦੀ ਵਾਈਫਾਈ ਤੁਰ ਜੇ ਤਾਂ ਫਿਰ ਫਾਇਦਾ ਕੀ ਹੈ? ਆਸ਼ਕਾਂ ਕੋਲ ਕੋਈ ਪੈਕੇਜ ਨਹੀਂ ਹੋਣਾ ਅਤੇ ਕਿਹਦੇ ਕੋਲ ਹੋਣਾ ਜਨਾਬ? ਕੁਛ ਅਕਲ ਕੋ ਕੰਮ ਲਿਆ ਕਰੋ, ਆਸ਼ਕ ਹੋ ਗਏ ਫਿਰ ਪੈਕੇਜ ਨਹੀਂ ਕਰਦੇ। ਸਲਾਮ ਵਾਲੇਕੁਮ ਸਾਰਿਆਂ ਭਰਾਵਾਂ, ਸ਼ਾਹ ਸਾਹਿਬ ਕਿੱਥੇ ਰਹਿ ਗਏ ਜਨਾਬ, ਨਜ਼ਰ ਹੀ ਨਹੀਂ ਆ ਰਹੀ ਕਿਤੇ। ਸਲਾਮ, ਮੈਂ ਫੇਸਬੁੱਕ ਦਾ ਨਾਂ ਚੇਂਜ ਕੀਤਾ, ਵੇਖਿਆ ਜੀ? ਨਹੀਂ ਯਾਰ, ਮੈਂ ਨਹੀਂ ਵੇਖਿਆ, ਕੋਈ ਨਾਂ ਰੱਖਿਆ ਮੈਂ। ਸਲਾਮ ਵਾਲੇਕੁਮ ਜੀ ਸਾਰਿਆਂ ਭਰਾਵਾਂ ਨੂੰ, ਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਸਾਰੇ ਭਾਈਆਂ ਦਾ? ਠੀਕ ਠਾਕ ਹੋ ਚਾਚੂ ਜੀ? ਜ਼ਿਆਦਾ ਤੁਹਾਨੂੰ ਸਲਾਮ ਵਾਲੇਕੁਮ, ਕੀ ਹਾਲ ਹੈ ਤੁਹਾਡਾ? ਸਿਹਤ ਦੀ ਸੁਣਾਓ, ਬੱਚਿਆਂ ਦੀ ਸੁਣਾਓ, ਸਭ ਠੀਕ ਠਾਕ ਹੈ? ਚਾਚੂ ਇਕਬਾਲ ਤੁਹਾਡੇ ਨਾਲ ਲੱਗਾ। ਅਵਧ ਭਾਈ ਕੀ ਗੱਲ, ਮੈਸੇਜ ਲਿਖ ਕੇ ਭੇਜ ਦਿਓ ਭਾਈ, ਇੱਥੇ ਮਨਾ ਕੀਤਾ ਹੈਗਾ ਕਿ ਮੈਸੇਜ ਲਿਖ ਕੇ ਨਹੀਂ ਭੇਜਣਾ, ਵਾਇਸ ਮੈਸੇਜ ਕਰਨਾ। ਸਫਿਆਨ ਭਾਈ ਸਲਾਮ ਦਾ ਜਵਾਬ ਤਾਂ ਲਿਖ ਕੇ ਦਿੱਤਾ, ਬਕਾਇਆ ਭਰਾ ਜੀ ਦੱਸੋ ਹੋਰ ਨਾਲ ਸਿਹਤਾਂ ਹੀ ਤਬੀਅਤਾਂ ਠੀਕ ਠਾਕ ਹੋ? ਤੁਹਾਨੂੰ ਮੈਂ ਦੂਸਰੇ ਗਰੁੱਪ 'ਚ ਐਡ ਕਰਨਾ, ਉਹ 'ਚ ਹਾਲ ਚਾਲ ਪੁੱਛਣ ਵਾਸਤੇ ਉਹ ਗਰੁੱਪ ਬਣਾਇਆ, ਇਹ ਦੂਸਰੇ ਪਿੰਡ ਬਾਰੇ ਗੱਲ ਕਰਨੀ ਹੈ, ਕੋਈ ਰਾਏ ਦੇਵੋ ਆਪਣੀ ਪਿੰਡ ਬਾਰੇ। ਤਾਂ ਠੀਕ ਹੈ, ਗਰੁੱਪ ਸ਼ਰੁੱਪ ਜਿਸ ਨਾਲ ਬੰਦੇ ਗੱਲ ਕਰ ਰਹੇ ਨੇ, ਜਿਸ ਨਾਲ ਚੱਲ ਰਹੇ ਨੇ ਸਹੀ ਚੱਲ ਰਹੇ ਨੇ, ਤੁਸੀਂ ਸਾਡੇ ਨਾਲ ਚੱਲ ਰਹੇ ਹੋ ਕਿ ਨਹੀਂ? ਠੀਕ ਹੈ ਅਵਧ ਭਾਈ, ਅਸੀਂ ਤੁਹਾਡੇ ਨਾਲ ਹੀ ਹਾਂ, ਦਿਸ਼ਾਨ ਨਾਲ ਤੁਹਾਡੇ ਨਾਲ ਮੇਰੀ, ਅਸੀਂ ਦੋਵੇਂ ਪੜ੍ਹਾਈ ਇੱਕ ਹੀ ਹੈ, ਸਾਡੇ ਦੋਵਾਂ ਦੀ ਸਲਾਹ ਇੱਕ ਹੀ ਹੈ, ਦਿਸ਼ਾਨ ਨਾਲ ਹੈ, ਮੈਂ ਵੀ ਅਕਸਰ ਉਹਦੇ ਨਾਲ ਹੀ ਹਾਂ, ਦਿਸ਼ਾਨ ਨਾਲ ਹੈ ਅਤੇ ਮੈਂ ਵੀ ਉਹਦੇ ਪਿੱਛੇ ਜਾਣਾ ਦਿਸ਼ਾਨ ਦੇ। ਅਤੇ ਭਾਈ ਬਹੁਤ ਚੰਗਾ ਕਰ ਰਹੇ ਹੋ, ਬੜੀ ਅੱਛੀ ਗੱਲ ਹੈ, ਸਾਡਾ ਪਿੰਡ ਵੀ ਹਰ ਲਿਹਾਜ਼ ਨਾਲ ਪਿੱਛੇ ਸੀ ਬਾਕੀ ਪਿੰਡਾਂ ਨਾਲ, ਅਤੇ ਚਲੋ ਖੁਸ਼ੀ ਹੋ ਰਹੀ ਹੈ ਕਿ ਚਲੋ ਕਿਸੇ ਨਾਲ ਤੀਸਰੇ ਹਿੱਸੇ 'ਚ ਆ ਹੀ ਜਾਏਗਾ, ਜੇ ਕੰਮ ਹੋ ਜਾਏਗਾ ਤਾਂ। ਹੈਲੋ, ਸਲਾਮ ਵਾਲੇਕੁਮ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹੋਰ ਸਫਿਆਨ ਭਾਈ ਕੀ ਹਾਲ ਹੈ? ਠੀਕ ਹੋ? ਅੱਲਾ ਦਾ ਤੂੰ ਸੁਣਾ ਮਾਨਿਆ, ਦਿਲ 'ਚ ਲੱਗੇ ਹੀ ਕੰਮ ਦੀ ਸੁਣਾ, ਰਾਜ਼ੀ ਵਾਜ਼ੀ ਹੈ? ਜ਼ਿਆਦਾ ਤਾਂ ਭਾਈ ਤੂੰ ਸੁਣਾ, ਕਿੱਥੇ ਚਲਾ ਗਿਆ? ਹਾਂ ਠੀਕ ਠਾਕ, ਕੰਮ ਸ਼ਾਮ ਵੀ ਠੀਕ ਹੈ ਸੁਫਿਆਨ ਭਾਈ, ਅਤੇ ਦਿਲ ਛਿਲ ਦਿਲ ਸਾਡਾ ਲੱਗ ਹੀ ਜਾਣਾ, ਦਿਲ ਕਿਉਂ ਨਹੀਂ ਲੱਗਣਾ, ਤੁਹਾਨੂੰ ਪਤਾ ਹੀ ਯਾਰੀਆਂ ਨਹੀਂ ਆਉਂਦਾ। ਠੀਕ ਠਾਕ ਅਲਹਮਦੁਲਿਲਾ ਜਨਾਬ, ਬੜੀ ਵਾਰ ਜਾ ਕੇ ਕਰਾਉਣਾ ਜੀ, ਤੂੰ ਜਨਾਬ ਜਿਹੜਾ ਦੱਸਿਆ ਸਸਤਾ ਲੱਗ ਯਾਰ, ਬੰਦੇ ਹੋ ਗਏ ਇੱਧਰ ਵੈਰ, ਸਾਰੇ ਬੰਦੇ ਫਿਰ ਟਰੈਲ ਚੱਲਦੇ ਨੇ। ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ ਹੋ? ਹੋਰ ਸਾਰੇ ਭਰਾ ਸਭ ਠੀਕ? ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ ਹੋ? ਹੋਰ ਸਾਰੇ ਭਰਾ ਸਭ ਠੀਕ ਠਾਕ ਨੇ? ਵਾਲੇਕੁਮ ਸਲਾਮ ਜੀ, ਦਾ ਸਾਹਿਬ ਕੀ ਹਾਲ ਹੈ? ਸੋਹਣਿਆ ਦਾ ਸਾਹਿਬ, ਤੁਸੀਂ ਸੁਣਾਓ ਕੀ ਹਾਲ ਹੈ? ਬੜਾ ਗਰਮ ਹੈ ਮਾਲਕ ਦਾ, ਬੜਾ ਹੀ ਗਰਮ ਹੈ, ਬੜਾ ਆਸਾਨ ਆ ਉਹਦਾ, ਮੌਜਾਂ ਲੱਗੀਆਂ ਪਈਆਂ। ਹੋਰ ਇਸ ਤੋਂ ਵੱਧ ਕੀ ਹੋਣਾ ਚਾਹੀਦਾ, ਮੌਜਾਂ ਤਾਂ ਲੱਗੀ ਦੀਆਂ ਨੇ, ਕੰਮ ਕਰਨ ਡੇ ਆ ਭਰਾ, ਸਕੂਨ ਨਾਲ ਕੰਮ ਕਰਨ ਡੇ ਆ, ਨਾਲੇ ਭਰਾਵਾਂ ਦੇ ਨਾਲ ਗੱਲ ਕਰਨ ਡੇ। ਕਿਉਂ ਸਾਰੇ ਤੰਗ ਕੀਤਾ ਰਾਤ ਦਿਨ? ਸਾਰੇ ਦੋਸਤਾਂ ਨੂੰ ਮੇਰੇ ਤਰਫੋਂ ਅਸਲਾਮ ਵਾਲੇਕੁਮ, ਔਰ ਇਨਸ਼ਾਅੱਲਾ ਇਸੇ ਤਰ੍ਹਾਂ ਅਗਰ ਚੱਲਦੇ ਰਹੇ ਤਾਂ ਇਨਸ਼ਾਅੱਲਾ ਜ਼ਰੂਰ ਇੱਕ ਦਿਨ ਕਾਮਯਾਬ ਹੋਵਾਂਗੇ। ਔਰ ਇਹ ਜਿਹੜਾ ਤੁਸੀਂ ਨਾਂ ਹੁਣ ਰੱਖਿਆ ਯੰਗ ਫਾਊਂਡੇਸ਼ਨ ਐਰੀਆ, ਬਹੁਤ ਅੱਛਾ ਨਾਂ ਹੈ, ਔਰ ਮੈਂ ਇਸ ਚੀਜ਼ 'ਤੇ ਬਹੁਤ ਖੁਸ਼ ਹੋਇਆ, ਔਰ ਇਹ ਹੀ ਨਾਂ ਰੱਖਣਾ ਚਾਹੀਦਾ ਆਪਣੇ ਗਰੁੱਪ ਦਾ। ਵਟਸਐਪ ਦੇ
ਮਸੀਤੇ ਦੇ ਟੱਕ 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 ਨਾ ਦਿਨ ਸਕੂਨ ਨਾ ਰਾਤ ਸਕੂਨ ਹੈ ਸਾਡੀ ਮਜ਼ਬੂਰੀ ਹੈ ਜੀ ਆਉਣ ਲੈਣੇ ਜਲਦੀ ਘੰਟੇ ਮੈਨੇਜਰ ਸਾਹਿਬ ਹੋਣਾ ਦਾ ਕੰਮ ਹੈ ਕਿ ਜਨਾਬ ਇੰਨੀ ਤਕਲੀਫ ਨਹੀਂ ਦੇਣੀ ਠੀਕ ਹੈ ਕਿਉਂਕਿ ਫਿਰ ਅਸੀਂ ਵੀ ਹੁਣ ਸਿਪਾਹੀ ਹਾਂ ਅਤੇ ਸਿਪਾਹੀਆਂ ਨੂੰ ਤਾਂ ਨਹੀਂ ਇੰਨੀ ਤਕਲੀਫ ਦੇ ਦਿਓ ਮੇਜਰ ਸਾਹਿਬ ਸ਼ਾਨ ਮੇਜਰ ਸਾਹਿਬ ਹੈ ਅਤੇ ਲਾਵਾ ਸਾਹਿਬ ਹੋਣਾ ਨੂੰ ਵੀ ਸਾਡੀ ਤਰਫਾਂ ਸਲਾਮ ਹੈ ਬਾਬਾ ਜੀ ਡਰਾਮੇ ਕਿਉਂ ਲਾਏ ਅੱਡੇ ਚਿੱਟੇ ਚਿੱਟੇ ਚ ਕਰਦੇ ਰਹਿੰਦੇ ਨੇ ਭੈਣ ਜੋ ਵਟਸਐਪ ਵੀ ਇਹਨੇ ਬਦਲੀ ਕਰਦੇ ਪੈ ਰਹੀ ਹੈ ਬਿੱਲੇ ਸਾਹਿਬ ਹੋਣਾ ਨੂੰ ਜਨਾਬ ਮੈਸੇਜ ਘੱਟ ਕਰਿਆ ਕਰੋ ਤੁਹਾਡੀ ਮਿਹਰਬਾਨੀ ਹੈ ਕਿਸੇ ਦਿਨ ਆਉਣਾ ਹੋਏ ਵਟਸਐਪ ਵੀ ਬਦਲੀ ਕਰ ਦਈਏ ਟੈਨਸ਼ਨ ਦੇ ਨਾਲ ਭੈਣ ਨੂੰ ਲੈ ਲੈਣੀ ਇਸ ਚੀਜ਼ ਤੋਂ ਚਲੋ ਜਿੱਦਾਂ ਇਲੈਕਸ਼ਨ ਹੋਣਗੇ ਮੈਨੂੰ ਤੁਸੀਂ ਦੱਸਿਓ ਬੰਦਾ ਤੁਹਾਨੂੰ ਜਿਹੜਾ ਤੁਸੀਂ ਚੁਣਿਆ ਠੀਕ ਚੁਣਿਆ ਲਾਮਾ ਸਾਹਿਬ ਹੈ ਅਤੇ ਗੱਲ ਪਤਾ ਕੀ ਆ ਗੱਲ ਇਸ ਤਰ੍ਹਾਂ ਕਿ ਅੱਲਾ ਖੈਰ ਕਰ ਸੀ ਅਤੇ ਤੁਹਾਨੂੰ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਹੈ ਠੀਕ ਆ ਵੋਟ ਜੀ ਬੜੀ ਦੂਰ ਨੇ ਜਿਹੜਾ ਤੈਨੂੰ ਵੋਟ ਹੋਣੇ ਨੇ ਬਾਬੇ ਮੀਲੇ ਨੂੰ ਅੱਗੇ ਖਿਲਾ ਰਹੇ ਹੋ ਠੀਕ ਹੈ ਕਿ ਨਹੀਂ ਜੀ ਅਗਰ ਤੁਸੀਂ ਕੋਈ ਸੜਕ ਸੁੜਕ ਬਣਾਉਣੀ ਹੈ ਤਾਂ ਬਾਬੇ ਮੀਲੇ ਨੂੰ ਅੱਗੇ ਖਿਲਾ ਲਓ ਦੌੜ ਲਾਈ ਦੀ ਹੈ ਸਾਊਦੀਆ ਬਲੈਤ ਅੱਗੇ ਪਿੱਛੇ ਅਤੇ ਜਨਾਬ ਤੁਸਾਂ ਅਗਰ ਕੁਛ ਬਣਨਾ ਤਾਂ ਬਾਬੇ ਮੀਲੇ ਨੂੰ ਅਤੇ ਚਾਚੇ ਕੁਬਾਲ ਨੂੰ ਅੱਗੇ ਖਿਲਾ ਲਓ ਠੀਕ ਹੈ ਕਿ ਨਹੀਂ ਜੇ ਅਗਰ ਰੋਡ ਬਣਵਾਉਣਾ ਹੈ ਅਤੇ ਜੇ ਨਹੀਂ ਤਾਂ ਚੁੱਪ ਕਰਕੇ ਸੋ ਲਓ